ਮਿਹਨਤ ਗੁਫਾ ਬਣਾ ਲਈ ਇੱਕ ਰਸ ਧਰਿਆ ਧਿਆਨ ਰੂਪ ਕਿਵੇਂ ਨਾ ਰੀਚਦਾ ਹੁਨਰੀ ਬ੍ਰਹਮ ਗਿਆਨ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਸੀਂ ਜਾਣਨਾ ਚਾਹਵਾਂਗੇ ਕਿ ਜਿਹੜੇ ਭਾਈ ਗਿਆਨ ਸਿੰਘ ਨਕਾਸ਼ ਸੀਗੇ ਉਹਨਾਂ ਦੀ ਹੁਨਰ ਅਤੇ ਉਹਨਾਂ ਦੇ ਮੋਹਰਾਕਾਸ਼ੀ ਦੀ ਕੰਮ ਦੇ ਬਾਰੇ ਤੁਹਾਡੇ ਤੋਂ। ਮੋਹਰਾਕਾਸ਼ੀ ਉਹਨਾਂ ਦੀ ਕੁਦਰਤੀ ਦੇਣ ਸੀ, ਜਿਹੜੀ ਗੋਡ ਗਿਫਟ ਉਹਨਾਂ ਨੂੰ ਮਿਲਿਆ ਉਹਦੇ ਅਕੋਰਡਿੰਗ ਉੱਥੇ ਹਰਿਮੰਦਰ ਸਾਹਿਬ ਨਾਲੇ ਪਾਠ ਕਰਦੇ ਰਹੇ ਨਾਲੇ ਕੰਮ ਕਰਦੇ ਰਹੇ। ਮਹਾਰਾਜਾ ਰਣਜੀਤ ਸਿੰਘ ਦੇ ਸਮਾਂ ਚਾਲੂ ਹੋਇਆ ਸੀ, ਉਸ ਤੋਂ ਬਾਅਦ ਉਹ ਕੰਮ ਜਿਹੜੇ ਕਰਦੇ ਰਹੇ ਉਹਨਾਂ ਨੇ ਮੋਹਰਾਕਸ਼ੀ ਦੇ ਵਿੱਚ ਇੱਕ ਨਫੀਸਤਾ ਨਿਊ ਚੀਜ਼ ਨਵੀਂ ਚੀਜ਼ ਲਿਆਉਣ ਦੀ ਕੋਸ਼ਿਸ਼ ਕੀਤੀ ਕਿ ਉਹ ਬੋਲਡ ਸਾਰਾ ਕੰਮ ਕਰਦੇ ਸਨ। ਉਹਦੇ ਵਿੱਚ ਉਹਨਾਂ ਨੇ ਜੋ ਨੇਚਰ ਦਾ ਡਰਾਇੰਗਸ ਜਿਹਨੂੰ ਓਰੀਜਨਲ ਡਰਾਇੰਗਸ ਹੈ ਜਿੱਦਾਂ ਸਾਡਾ ਸਟਰਕਚਰ ਹੈ ਉਹਨੂੰ ਅਸੀਂ ਬਣਾਇਆ, ਉਹ ਉਹਨਾਂ ਨੇ ਉਹਦੇ ਉੱਤੇ ਸਾਰਾ ਕੰਮ ਕੀਤਾ। ਉਹਨਾਂ ਦੀ ਡਰਾਇੰਗ ਬਾਕੀ ਨਕਾਸ਼ਾਂ ਤੋਂ ਕਿਵੇਂ ਫਰਕ ਸੀਗੇ? ਜੇ ਉਹਨਾਂ ਨੇ ਆ ਪੱਤੀਆਂ ਵੀ ਬਣਾਈਆਂ ਇਹਦੇ ਵਿੱਚ ਵੀ ਡਰਾਇੰਗਸ ਦੇ ਵਿੱਚ 3D ਇਫੈਕਟ ਲਿਆਉਣ ਦੀ ਕੋਸ਼ਿਸ਼ ਕੀਤੀ। ਇਹ ਬਾਕੀ ਦੇ ਪੋਰਸ਼ਨ ਹਾਈਲਾਈਟਸ ਐਂਡ ਜਿਹੜੀ ਡਿਟੇਲ ਹੈ ਉਹ ਨਹੀਂ ਸੀ ਬਣਾਉਂਦੇ। ਅੱਛਾ ਜੀ। ਇਹਦੇ ਵਿੱਚ ਉਹਨਾਂ ਨੇ ਇਹ ਵੱਖਰਾ ਇੱਕ ਆਪਣਾ ਸਿੱਖ ਸਕੂਲ ਆਫ ਆਰਟ ਜਿਹੜਾ ਉਹ ਬਣਾਉਣਾ ਚਾਲੂ ਕੀਤਾ। ਜਿਸ ਤਰ੍ਹਾਂ ਆਹ ਪੱਤੀਆਂ ਦੇਖੋ, ਇਹਦੀ ਡਿਟੇਲ ਜਿਹੜੀ ਹੈ ਦੂਸਰਿਆਂ ਨੇ ਸਾਰਿਆਂ ਨੇ ਐਸੀ ਦੀ ਲਾਈਨ ਲਾ ਲੈਣੀ ਸੀ ਅਤੇ ਇਹ ਬਣ ਗਈ ਸੀ। ਇਹਦੇ ਵਿੱਚ ਉਹਨਾਂ ਨੇ ਪੂਰੇ ਵਾਲ 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 ਉਹਨਾਂ ਦੇ ਡਿਟੇਲ ਬਣਾਏ, ਉਹਨੂੰ ਰੱਬ ਦੇ ਨੇੜੇ ਲਿਆਂਦਾ।
ਔਰ ਇਹ ਸਾਰਾ ਕੰਮ ਜਿਹੜਾ ਨਾ ਉਹ ਖੁਦ ਆਪ ਬੁਰਸ਼ ਬਣਾਉਂਦੇ ਸੀ। ਅੱਛਾ ਜੀ। ਅਤੇ ਰੰਗ ਵੀ ਆਪ, ਰੰਗ ਵੀ ਆਪ ਹੀ ਤਿਆਰ ਕਰਦੇ ਸੀ। ਇਹ ਰੰਗ ਸਾਰੇ ਪਿਗਮੈਂਟ ਕਲਰਸ ਹੁੰਦੇ ਸੀ, ਇਹਨਾਂ ਨੂੰ ਸਾੜਦੇ ਵੀ ਆਪ ਹੀ ਸੀ ਅਤੇ ਘੋੜਦੇ ਵੀ ਆਪ ਹੀ ਸੀ। ਅਤੇ ਮੈਨੂੰ ਉਹਨਾਂ ਦੀ ਸੰਗਤ ਹਾਸਲ ਹੋਈ ਹੈ ਕਿਉਂਕਿ ਬਚਪਨ ਦੇ ਵਿੱਚ ਮੇਰੇ ਕੋਲੋਂ ਵੀ ਜ਼ਿਆਦਾ ਕਢਵਾਈ ਕਰਵਾਉਂਦੇ ਰਹੇ ਹੈ। ਅੱਛਾ ਅੱਛਾ। ਇਹ ਜਿਹੜਾ ਡਰਾਇੰਗ ਦਾ ਹੁਨਰ ਹੈਗਾ ਹੈ, ਉਹ ਇੱਕ ਤੁਹਾਡੀ ਅਗਲੀ ਜਨਰੇਸ਼ਨ ਵਿੱਚ ਕਿਸ ਤਰ੍ਹਾਂ ਆਇਆ ਹੈਗਾ? ਦੇਖ ਦੇਖ ਕੇ ਜਾਂ ਕੋਈ ਸਕੂਲ ਜਾਂਦੇ ਸੀਗੇ ਜਾਂ ਉਹਨਾਂ ਦੇ ਅੰਦਰ ਤੁਸੀਂ ਸ਼ਾਗਿਰਦੀ ਕੀਤੀ ਹੈਗੀ ਹੈ? ਇਹਦੇ ਜਦੋਂ ਉਹ ਸਾਨੂੰ ਸਮਝਾਉਂਦੇ ਰਹੇ, ਕਰਦੇ ਰਹੇ, ਅਸੀਂ ਉਹਨਾਂ ਨੂੰ ਦੇਖਦੇ ਰਹੇ ਔਰ ਉਹਨਾਂ ਦੀ ਮਾਰ ਵੀ ਖਾਂਦੇ ਰਹੇ ਕਿ ਇਹ ਦੋ ਲਾਈਨ ਗਲਤ ਬਣਾ ਦਿੱਤੀ ਹੈ, ਇਹਨੂੰ ਇੱਦਾਂ ਨਹੀਂ ਇੱਦਾਂ ਠੀਕ ਕਰ। ਫਿਰ ਹੌਲੀ ਹੌਲੀ ਉਹਨਾਂ ਦੀ ਸੰਸਕਾਰ, ਕਿਉਂਕਿ ਹੈਰੀਟੇਜ ਇੱਕ ਦੂਜੇ ਦੀ ਮਿਲਦੀ ਰਹਿੰਦੀ ਹੈ, ਉਸੇ ਤਰ੍ਹਾਂ ਹੀ ਸਾਨੂੰ ਉਹਨਾਂ ਦੀ ਮਿਲੀ। ਉਹਨਾਂ ਨੇ ਆਪਣੇ ਲੜਕੇ ਭਾਈ ਜੀ ਐਸ ਸਿੰਘ ਆਰਟਿਸਟ ਜਿਹੜੇ ਸਾਡੇ ਫਾਦਰ ਸਨ, ਉਹਨਾਂ ਨੂੰ ਫਿਰ ਇਸ ਕੰਮ ਦੇ ਵਿੱਚ ਪਾਇਆ। ਸਭ ਤੋਂ ਪਹਿਲਾਂ ਉਹ ਰੋਟੀ ਕਮਾਉਣ ਵਾਸਤੇ ਫਰੇਮਿੰਗ ਦਾ ਵੀ ਕੰਮ ਕਰਦੇ ਰਹੇ। ਉਸ ਤੋਂ ਬਾਅਦ ਜਦੋਂ ਰਿਟਾਇਰ ਹੋਏ, ਖਿਡੌਣਿਆਂ ਨੂੰ ਰੰਗ ਕਰਕੇ ਇੱਦਾਂ ਦੇ ਰੋਟੀ ਆਪਣੀ ਕਮਾਉਂਦੇ ਰਹੇ। ਅਤੇ ਮੋਹਰਾਕਾਸ਼ੀ ਦੇ ਜਿਹੜੇ ਰੰਗ ਸੀਗੇ ਉਹ ਕਿੱਦਾਂ ਆਉਂਦੇ ਸੀ ਤੁਹਾਡੇ ਕੋਲ? ਉਹਨਾਂ ਨੇ ਇਹ ਮੋਹਰਾਕਾਸ਼ੀ ਦੇ ਰੰਗ ਵੱਖ ਵੱਖ ਤਰ੍ਹਾਂ ਦੇ ਜਿਹੜੇ ਹੁੰਦੇ ਸੀ ਸਟੋਨਸ, ਉਹਨਾਂ ਨੂੰ ਰਾਤ ਨੂੰ ਕੌਲੀ ਦੇ ਵਿੱਚ, ਰਾਤ ਨੂੰ ਪਾਥੀਆਂ ਦੇ ਵਿੱਚ ਸਾੜਨਾ, ਸਾਰੀ ਰਾਤ ਉਹਦਾ ਸੜਦਾ ਰਹਿਣਾ ਉਹਨਾਂ ਨੇ, ਉਹਦੇ ਵਿੱਚ ਫਿਰ ਪਾਊਡਰ ਜਿਹੜਾ ਬਣਨਾ ਉਹ ਕਲਰ ਬਣਨਾ, ਉਸ ਕਲਰ ਦੀ ਟੈਕਨੀਕ ਜਿਹੜੀ ਹੈਗੀ ਹੈ ਉਹ ਅਸੀਂ ਉਹਨਾਂ ਦੇ ਹੁੰਦਿਆਂ ਹੁੰਦਿਆਂ ਇੱਕ ਕਿਤਾਬ ਛਾਪੀ, ਉਹਦੇ ਵਿੱਚ ਉਹਨਾਂ ਦੀ ਸਾਰੀ ਡਿਟੇਲ ਜੋ ਸਾਡੇ ਕੋਲ ਹੋ ਸਕੀ ਦੇ ਸਕ ਦਿੱਤੀ ਹੈ। ਇਹਨਾਂ ਨੂੰ ਅਸੀਂ ਅੱਜ ਕੱਲ੍ਹ ਦੇ ਜ਼ਮਾਨੇ 'ਚ ਪਿਗਮੈਂਟ ਕਲਰਸ ਕਹਿੰਦੇ ਆ। ਹਾਂਜੀ। ਪਿਗਮੈਂਟ ਜਿਵੇਂ ਨੇ ਕੁਦਰਤ ਤੋਂ, ਉਹਦੇ ਵਿੱਚ ਇਹਨਾਂ ਨੇ ਪੱਤੇ ਵੀ ਵਿੱਚ ਪਾਏ, ਦਾਲਾਂ ਦੇ ਰੰਗਾਂ ਰੰਗ ਵੀ ਪਾਏ, ਦਾਲਾਂ ਵੀ ਪਾਈਆਂ। ਮੋਹਰਾਕਾਸ਼ੀ ਕੰਮ ਕੀ ਸਿਰਫ ਅੰਦਰ ਹੀ ਹੋ ਸਕਦਾ ਹੈ ਜਾਂ ਬਾਹਰ ਵੀ ਹੋ ਸਕਦਾ? ਮੋਹਰਾਕਾਸ਼ੀ ਕਿਤੇ ਵੀ ਹੋ ਸਕਦੀ ਹੈ ਜਿਹੜੀ ਕਿ ਨਾ ਖਰਾਬ ਨਹੀਂ ਹੁੰਦੀ। ਅੱਛਾ। ਮੋਹਰਾਕਾਸ਼ੀ ਦਾ ਕੰਮ ਭਾਈ ਗਿਆਨ ਸਿੰਘ ਜੀ ਦਾ ਦਰਬਾਰ ਸਾਹਿਬ ਵਿੱਚ ਕਿੱਥੇ ਦੇਖਣ ਨੂੰ ਮਿਲ ਸਕਦਾ ਹੁਣ? ਹੁਣ ਤਾਂ ਉਹਨਾਂ ਨੇ ਬਹੁਤ ਸਾਰਾ ਕੁਛ ਜਦੋਂ ਰੀਪੇਂਟ ਕਰ ਦਿੱਤਾ, ਉਹਦੇ ਥੱਲੇ ਜਿਹੜੀ ਬਣੀ ਹੋਏਗੀ ਉਹ ਬਚੀ ਹੋਏਗੀ। ਇਹ ਉਹਨਾਂ ਦੀਆਂ ਡਰਾਇੰਗਸ ਹੈਗੀਆਂ ਨੇ ਜਿਨ੍ਹਾਂ ਨੇ ਉੱਪਰੋਂ ਫਿਰ ਜਾਣਾ ਹੁੰਦਾ ਵਾ ਵੋਲ ਦੇ ਉੱਤੇ ਜਾਂ ਕਿਸੇ ਪੇਂਟਿੰਗ 'ਤੇ ਚੀਜ਼ 'ਤੇ, ਉਹਦੇ ਵਾਸਤੇ ਫਿਰ ਉਹਨਾਂ ਨੂੰ ਖਾਕੇ ਬਣਾਉਣੇ ਪੈਂਦੇ ਆ। ਉਸ ਜ਼ਮਾਨੇ ਦੇ ਵਿੱਚ ਕਾਰਬਨ ਪੇਪਰ ਦੀ ਸੀ ਹੁੰਦੇ, ਉਹ ਫਿਰ ਜਿਹੜੇ ਜਿਹੜੀਆਂ ਡਰਾਇੰਗਾਂ ਕਰਦੇ ਸੀ ਉਹਨਾਂ ਦੇ ਵਿੱਚ ਬਕਾਇਦਾ ਇੱਦਾਂ ਸੂਈਆਂ, ਇਹ ਇੱਕ ਦਹਿਨ ਹੈਗਾ ਵਾ ਉਹਦਾ ਖਾਕਾ ਬਣਾਇਆ ਗਿਆ। ਇਹਨੂੰ ਹੀ ਪਿੱਛੋਂ ਉਹਨਾਂ ਨੇ ਨੀਲ ਦੇ ਉੱਤੇ ਜਾਂ ਕਲਰਸ ਦੇ ਨਾਲ ਪੋਰਟਲੀਸ ਬਣਾ ਕੇ ਅਤੇ ਉੱਤੇ ਝਾੜ ਝਾੜ ਕੇ ਆਊਟਲਾਈਨ ਬਣਾਉਣੀ। ਆਊਟਲਾਈਨ ਤੋਂ ਬਾਅਦ ਫਿਰ ਨੇਲੇ ਅਤੇ ਬ੍ਰੱਸ਼, ਇਹਨਾਂ ਚੀਜ਼ਾਂ ਦੇ ਨਾਲ ਉਹ ਕਲਰਸ ਜਿਹੜੇ ਨਾ ਵਿੱਚ ਫਿੱਟ ਕਰਦੇ। ਪਹਿਲਾਂ ਇਹਨਾਂ ਦੇ ਵਿੱਚ ਕਲਰਸ ਫਿੱਟ ਕਰਦੇ ਸੀ, ਕਲਰਸ ਨੂੰ ਫਿਰ ਉਹ ਜਿਹੜੇ ਬ੍ਰੱਸ਼ਿਸ ਦੇ ਨਾਲ ਉਹਨਾਂ ਕਲਰਸ ਦੇ ਨਾਲ ਉਹ ਪਿਗਮੈਂਟਸ ਕਲਰਸ ਦੇ ਨਾਲ ਹੀ ਉਹਨਾਂ ਦੀ ਆਊਟਲਾਈਨ ਡਿਟੇਲਸ ਕੱਢਦੇ ਸੀ। ਇਹ ਤੁਹਾਡੇ ਕੋਲ ਕਈ ਸਾਲਾਂ ਤੋਂ ਹੈਗੇ ਨੇ ਅਤੇ ਤੁਸੀਂ ਕਿੱਦਾਂ ਇਹਨਾਂ ਨੂੰ ਮੇਨਟੇਨ? ਅਸੀਂ ਤਾਂ ਚਾਹੁੰਦੇ ਹਾਂ ਕਿ ਆਹ ਚੀਜ਼ਾਂ ਜਿਹੜੀਆਂ ਨਾ ਲੋਕ ਸਾਂਭ ਲੈਣ ਜਾਂ ਸੰਸਥਾਵਾਂ ਸਾਂਭ ਲੈਣ, ਮਿਊਜ਼ੀਅਮ ਬਣਾ ਲੈਣ, ਉਹਨਾਂ ਨੂੰ ਡਿਸਪਲੇ ਕਰ ਛੱਡਣ
ਅਤੇ ਉਹਦੇ ਨਾਲ ਇਹ ਚੀਜ਼ਾਂ ਸਾਂਭੀਆਂ ਜਾਣ। ਨਹੀਂ ਤਾਂ ਜਿੰਨਾ ਚਿਰ ਅਸੀਂ ਇਹ ਸਾਂਭਦੇ ਪਏ ਹਾਂ ਸਾਂਭੀਆਂ ਜਾਣੀਆਂ, ਉਸ ਤੋਂ ਬਾਅਦ ਖਤਮ। ਇੱਕ ਪੜ੍ਹਨ ਨੂੰ ਗੱਲ ਆਈ ਸੀਗੀ ਕਿ ਜਿਹੜੇ ਰਾਗ ਹੈਗੇ ਨੇ ਬਸੰਤ ਦਾਗ, ਉਸ ਸਮੇਂ ਦਾ ਜਿਹੜਾ ਫੁੱਲ ਖੇਡਦਾ ਹੈਗਾ ਉਹ ਹਰ ਰਾਗਾਂ ਦੇ ਉੱਤੇ ਹਰ ਵਕਤ ਦੇ ਉੱਤੇ ਜਿਹੜਾ ਜਿਹੜਾ ਫਿਰ ਫੁੱਲ ਖੇਡਦਾ ਰਿਹਾ ਉਹ ਉਹਨਾਂ ਦੇ ਫਲਾਵਰਸ ਬਣਾਏ ਨੇ। ਹਾਂਜੀ, ਉਹ ਫਲਾਵਰਸ ਬਣਾਏ ਨੇ, ਉਹ ਫਿਰ ਅੱਗੋਂ ਆਪਣੀਆਂ ਜਿਹੜੇ ਦਹਿਨ ਜਾਂ ਜਿਹੜੇ ਵਰਕ ਕਰਦੇ ਰਹੇ ਉਹਨਾਂ ਦੇ ਵਿੱਚ ਉਹ ਸੈੱਟ ਕਰਦੇ ਰਹੇ। ਅਤੇ ਇੱਕ ਹੋਰ ਚੀਜ਼ ਉਹਨਾਂ ਦੇ ਦੇਹਨ ਵਿੱਚ ਦੇਖਿਆ ਗਿਆ ਕਿ ਉਹਨਾਂ ਨੇ ਗੁਰਦੁਆਰਾ ਸਾਹਿਬ ਅਤੇ ਨਿਸ਼ਾਨ ਸਾਹਿਬ ਅਤੇ ਉਸ ਵਿੱਚ ਪੋਟ ਵਿੱਚ ਇਸ ਏਰੀਆ ਵਿੱਚ ਇੰਟਰੋਡਿਊਸ ਕੀਤੇ ਹੈਗੇ ਨੇ। ਇਹ ਪਹਿਲੀ ਵਾਰੀ ਉਹਨਾਂ ਨੇ ਐਡੇ ਸਾਈਜ਼ ਦੇ ਵਿੱਚ ਦਰਬਾਰ ਸਾਹਿਬ ਦੀ ਡਰਾਇੰਗ ਕੀਤੀ ਹੈ। ਅੱਛਾ, ਪੇਂਟਿੰਗ ਵੱਡੀ ਹੈ, ਪੇਂਟਿੰਗ ਇਹ ਸਾਈਜ਼ ਦੀ ਹੈ। ਅੱਛਾ ਜੀ, ਬੈਕਗਰਾਉਂਡਾਂ ਬਣਦੀਆਂ ਸੀ ਇਹ, ਫਿਰ ਉਹਨਾਂ ਦੇ ਨਾਲ ਸਰਦਾਰ ਠਾਕਰ ਸਿੰਘ, ਐਸ ਜੀ ਠਾਕਰ ਸਿੰਘ, ਸੀ ਐਸ ਸੋਹਣ ਸਿੰਘ, ਸਰ ਹਰੀ ਸਿੰਘ, ਹੋਰ ਜਿਹੜੇ ਆਰਟਿਸਟ ਪੁਰਾਣੇ ਆਰਟਿਸਟ ਹੈਗੇ ਸੀ ਉਹ ਸਾਰੇ ਉੱਥੇ ਜਾਂਦੇ ਰਹੇ, ਜਾ ਕੇ ਕਦੀ ਕੈਲਕਟਾ, ਕਦੀ ਬੋਂਬੇ, ਕਾਨਪੁਰ, ਇੱਦਾਂ ਜਿਹਦੇ ਜਿਹੜੇ ਸ਼ਹਿਰ ਥੀਏਟਰੀਕਲ ਕੰਪਨੀ, ਮਦਨ ਥੀਏਟਰੀਕਲ ਕੰਪਨੀ ਉਸ ਵੇਲੇ ਨਾਂ ਆਉਂਦਾ ਸੀ ਉਹਦਾ। ਇੱਕ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਆਪਣੀ ਯਾਦਗਾਰ ਇੱਕ ਜ਼ਰੂਰ ਦੱਸੀ ਕਿ ਮੈਨੂੰ ਬੜਾ ਫਖਰ ਆ ਕਿ ਕੈਲਕਟਾ ਦੇ ਵਿੱਚ ਜਦੋਂ ਨਵੀਂ ਫਿਲਮ ਬੋਲਣੀ ਬਣਨੀ ਸ਼ੁਰੂ ਹੋਈ ਆ ਉਸ ਵੇਲੇ ਚਾਰਲੀ ਚਪਲਨ ਉਹਦੇ ਨਾਲ ਮੈਂ ਹੱਥ ਮਿਲਾਇਆ, ਕਾਮੇਡੀਅਨ ਉਹਨਾਂ ਨੇ, ਹਿਊਮਰਸ ਪਸੰਦ ਸੀਗਾ। ਮੈਨੂੰ ਬੜੀ ਖੁਸ਼ੀ ਹੋਈ ਕਿ ਮੇਰੀ ਬ੍ਰਸ਼ ਮੇਰੇ ਕਲਰ ਦੇਖ ਕੇ ਬੜਾ ਖੁਸ਼ ਹੋਇਆ ਚਾਰਲੀ ਚਪਲਨ। ਵਾਹ ਵਾਹ। ਉਸ ਤੋਂ ਬਾਅਦ ਫਿਰ ਨਾਲ ਕੰਮ ਕਰਦੇ ਰਹੇ ਬਲੌਕ ਮੇਕਿੰਗ ਦਾ। ਮੈਂ ਆਪਣੇ ਫਾਦਰ ਨਾਲ ਜਾਂਦਾ ਰਿਹਾ ਪਾਕਿਸਤਾਨ, ਇੱਕ ਐਫ ਡਬਲਯੂ ਕੰਪਨੀ ਹੁੰਦੀ ਸੀ ਉੱਥੇ ਜਿਹੜਾ ਸਿਰਫ ਇਹਨਾਂ ਦੀਆਂ ਬੁੱਕਸ, ਕਿਤਾਬਾਂ ਜਾਂ ਜਿਹੜੀਆਂ ਪੇਂਟਿੰਗਸ ਪ੍ਰਿੰਟ ਕਰਦੇ ਹੁੰਦੇ ਸੀ। ਪ੍ਰਿੰਟਰਸ ਸਿਰਫ ਇੰਡੀਆ ਦੇ ਵਿੱਚ ਇੱਕੋ ਹੀ ਸੀ ਉਸ ਵੇਲੇ, ਐਫ ਡਬਲਯੂ ਕੰਪਨੀ ਅਨਾਰਕਲੀ ਦੇ ਵਿੱਚ। ਉੱਥੇ ਜਾ ਕੇ ਫਿਰ ਬਲੌਕ ਬਣਾਉਂਦੇ ਰਹੇ, ਫਿਰ ਬਲੌਕ ਵੀ ਫਾਦਰ ਨੂੰ ਜਾਂਚ ਆ ਗਈ ਅਤੇ ਫਿਰ ਬਲੌਕ ਵੀ ਅਸੀਂ ਇੱਥੇ ਬਣਾਏ। ਅਸੀਂ ਇਹ ਫਿਰ ਆਪਣੀ ਪੇਂਟ ਇੱਦਾਂ ਦੇ ਵੀ ਜਾਂ ਹੋਰ ਵੀ ਬਲੌਕ ਆਪਣੇ ਬਣਾ ਕੇ ਸੇਲ ਕਰਦੇ ਰਹੇ ਰੋਟੀ ਖਾਣ ਵਾਸਤੇ। ਮੈਂ ਫਿਰ ਉਹਨਾਂ ਦੇ ਨਾਲ ਬਲੌਕ ਦਾ ਕੰਮ ਕਰਦਾ ਰਿਹਾ। ਅੱਛਾ, ਬਲੌਕ ਦਾ ਵੀ ਕੰਮ ਉਹਨਾਂ ਕੋਲੋਂ ਸਿੱਖਿਆ, ਬਲੌਕ ਦਾ ਵੀ ਕੈਮਰਾ ਵੀ ਆਪ ਬਣਾਇਆ, ਉਹਦੇ ਨਾਲ ਨਾਲ ਮੈਂ ਫੋਟੋਗ੍ਰਾਫੀ ਵੀ ਕਰਦਾ ਰਿਹਾ। ਭਾਈ ਗਿਆਨ ਸਿੰਘ ਜੀ ਫੋਟੋਗ੍ਰਾਫੀ ਅਤੇ ਆਰਟ ਦਾ ਬੈਲੈਂਸ ਕਿੱਦਾਂ ਕਰ ਪਾਉਂਦੇ ਸੀਗੇ? ਜਿੱਥੋਂ ਤੱਕ ਮੇਰੀ ਇਨਫੋਰਮੇਸ਼ਨ ਹੈ, ਮੈਂ ਦਰਸ਼ਨ ਤਾਂ ਨਹੀਂ ਕੀਤੇ ਉਹਨਾਂ ਦੇ। ਇੱਕ ਦਰਬਾਰ ਸਾਹਿਬ ਦੀ ਤਸਵੀਰ ਜਿਹੜੀ 1907 ਦੇ ਵਿੱਚ ਗ੍ਰੈਂਡਫਾਦਰ ਨੇ ਖਿੱਚੀ ਸੀ ਮੇਰੇ, ਉਹ ਅਜੇ ਵੀ ਅਸੀਂ ਆਪਣੇ ਕੋਲ ਸੰਭਾਲੀ ਹੋਈ ਹੈ। ਬਹੁਤ ਥੋੜ੍ਹਾ ਕੰਮ ਕੀਤਾ ਫੋਟੋਗ੍ਰਾਫੀ ਦਾ, ਪਰ ਰੇਅਰ ਉਹ ਅਜੇ ਵੀ ਉਹ ਸਜਰਾ ਜਿਹਾ ਲੱਗਦਾ, ਤਸਵੀਰਾਂ ਅਜੇ ਵੀ ਉਹਨਾਂ ਦੀਆਂ ਬੋਲਦੀਆਂ ਨੇ। ਤੁਸੀਂ ਆਪ ਵੀ ਬਹੁਤ ਚੰਗੀ ਫੋਟੋਗ੍ਰਾਫੀ ਕਰਦੇ ਰਹੇ ਹੋ ਔਰ ਕਾਫੀ ਟਾਈਮ ਨਾਲ ਫੋਟੋਗ੍ਰਾਫੀ ਵਿੱਚ ਅਟੈਚ ਹੋ ਗਏ। ਮੈਂ ਤਕਰੀਬਨ ਪਿਛਲੇ 20 ਸਾਲ ਤੋਂ, ਜਦੋਂ ਕਿ ਪੰਜਾਬ ਪ੍ਰੋਬਲਮ ਸ਼ੁਰੂ ਹੋਈ ਹੈ, ਉਸ ਤੋਂ ਪਹਿਲਾਂ ਵੀ ਐਜ ਏ ਫੋਟੋ ਜਰਨਲਿਸਟ ਮੈਂ ਕਰਦਾ ਰਿਹਾ ਮੈਂ ਕੰਮ, ਅਤੇ ਕਾਫੀ ਜਿੰਨੇ ਵੀ ਵਰਲਡ ਦੇ ਮੈਗਜ਼ੀਨ ਨੇ ਉਹਨਾਂ ਦੇ ਵਿੱਚ ਮੈਂ ਛਪਿਆ, ਅਤੇ ਪੰਜਾਬ ਦੇ ਹਾਲਾਤ ਬਾਰੇ ਮੈਂ ਆਮ ਲੋਕਾਂ ਨੂੰ ਅਖਬਾਰਾਂ ਰਾਹੀਂ ਦੱਸਿਆ। ਇਹ ਫੋਟੋਗ੍ਰਾਫੀ ਦੀ ਧਰੋਹਰ ਤੁਹਾਨੂੰ ਆਪਣੇ ਫਾਦਰ ਤੋਂ ਜ਼ਿਆਦਾ ਮਿਲੀ? ਇਹ ਉਦੋਂ ਪਤਾ ਲੱਗਾ ਜਦੋਂ ਇਹ ਮਹਿਸੂਸ ਹੋਇਆ ਕਿ ਗ੍ਰੈਂਡਫਾਦਰ ਜੇ ਕਰ ਸਕਦੇ ਹਨ ਤਾਂ ਇਹ ਫੋਟੋਗ੍ਰਾਫੀ, ਫਿਰ ਮੈਂ ਜ਼ਿਆਦਾ ਵੱਡੇ ਭਾਈ ਸਾਹਿਬ ਤੋਂ ਸਿੱਖੀ,
ਪਹਿਲਾਂ ਤਾਂ ਮੈਂ ਨਾਲ ਇਹਨਾਂ ਦੇ ਬਲੌਗਸ ਵਗੈਰਾ ਕਰਦਾ ਸੀ, ਡਰਾਇੰਗ ਜਿਹੜੀਆਂ ਸੀ ਪੇਂਟਿੰਗਸ ਉਹਦੇ ਤੋਂ ਨਹੀਂ ਅਤੇ ਡਰਾਇੰਗਸ ਹੀ ਕਰਦਾ ਸੀ। ਤੁਸੀਂ ਰਿਅਲਿਸਟਿਕ ਕੰਮ ਵੀ ਕੀਤਾ ਹੈਗਾ ਹੈ ਅਤੇ ਤੁਸੀਂ ਆਪਣੇ ਫਾਦਰ ਸਾਹਿਬ ਤੋਂ ਜਾਂ ਕੋਈ ਇੰਸਟੀਟਿਊਟ ਅਕੈਡਮੀ ਤੋਂ ਸਿੱਖਿਆ? ਨਹੀਂ, ਜੋ ਵੀ ਸਿੱਖਿਆ ਮੈਂ ਫਾਦਰ ਸਾਹਿਬ ਤੋਂ ਸਿੱਖਿਆ। ਅਸੀਂ ਜਾਣਨਾ ਚਾਹਾਂਗੇ ਜਿਹੜਾ ਦਰਬਾਰ ਸਾਹਿਬ ਵਿੱਚ ਕੈਲੀਗ੍ਰਾਫੀ ਦਾ ਕੰਮ ਦੇ ਬਾਰੇ ਤੁਹਾਡੇ ਤੋਂ। ਜਦੋਂ ਗ੍ਰੈਂਡਫਾਦਰ ਦੇ ਅੰਦਰ ਕੰਮ ਕਰਦੇ ਸੀਗੇ ਇਹ ਉਹਨਾਂ ਦੀ ਹੀ ਕਾਰਡ ਸੀ ਕਿ ਇਹ ਜਿਹੜੇ ਆਰਟਿਸਟ ਨੇ ਇਹਨਾਂ ਨੂੰ ਵੀ ਡੈਕੋਰੇਟ ਕੀਤਾ ਜਾ ਸਕਦਾ ਹੈ ਅਤੇ ਉਹਨਾਂ ਨੇ ਉਸ ਉੱਥੇ ਜਗ੍ਹਾ ਜਗ੍ਹਾ 'ਤੇ ਸਲੋਕ ਲਿਖੇ, ਜਪਜੀ ਸਾਹਿਬ ਲਿਖਿਆ ਅਤੇ ਅਸ਼ਟਪਤੀਆਂ ਵੀ ਨੇ ਸੁਖਮਣੀ ਸਾਹਿਬ ਦੀਆਂ ਅਤੇ ਇਹ ਪਹਿਲੀ ਵਾਰੀ ਕਿਸੇ ਗੁਰਦੁਆਰੇ ਦੇ ਵਿੱਚ ਇਹਨਾਂ ਨੇ ਇੰਟਰੋਡਿਊਸ ਕੀਤਾ ਅਤੇ ਇਹ ਸ੍ਰੀ ਦਰਬਾਰ ਸਾਹਿਬ ਦੇ ਮਹਾਨ ਤੀਰਥ ਸਥਾਨ ਦੇ ਵਿੱਚ ਗੁਰਬਾਣੀ ਦਾ ਲਿਖਣਾ ਇੱਕ ਮਹਾਨ ਉਹਨਾਂ ਦੀ ਕਾਰਡ ਸੀਗੀ। ਉਹਨਾਂ ਨੇ ਰੱਬ ਦਾ ਨਾਂ ਲੈ ਕੇ ਉੱਤੋਂ ਵੋਟ ਲੈ ਕੇ ਸਰਬੱਤ ਦਾ ਭਲਾ ਮੰਗ ਕੇ ਉਹ ਕੰਮ ਕੀਤਾ ਜਾਵੇ। ਅਤੇ ਨੈਕਸਟ ਜਨਰੇਸ਼ਨ ਲਈ ਤੁਸੀਂ ਕਿਸ ਤਰ੍ਹਾਂ ਉਹਨਾਂ ਦੀ ਤਿਆਰੀ ਕੀਤੀ ਹੈਗੀ ਕਿ ਉਹ ਇਸ ਕੰਮ ਨੂੰ ਸਰਾਹ ਸਕਣ ਅਤੇ ਅੱਗੇ ਸੰਭਾਲ ਸਕਣ? ਤੁਹਾਡੇ ਭਾਈ ਸਾਹਿਬ ਦਾ ਲੜਕਾ ਬਤੌਰ ਪ੍ਰਿੰਸੀਪਲ ਕੰਮ ਕਰਦਾ, ਪੜ੍ਹਾਉਂਦਾ ਅਤੇ ਮੇਰਾ ਬੇਟਾ ਜਿਹੜਾ ਹੈ ਉਹ ਕੈਲੀਗ੍ਰਾਫੀ ਕਰਦਾ ਹੈ, ਨਾਲ ਉਹ ਵੀ ਪੜ੍ਹਾਉਂਦਾ ਹੀ ਹੈ ਅਤੇ ਕਿਉਂਕਿ ਅਸੀਂ ਪੂਰਾ ਦੋਵਾਂ ਨੂੰ ਇਸ ਕੰਮ ਦੇ ਵਿੱਚ ਪੂਰੇ ਹੋਲ ਟਾਈਮ ਵਾਸਤੇ ਨਹੀਂ ਲਾਇਆ, ਇੱਕ ਸਰਵਿਸ ਉਹਨਾਂ ਨੂੰ ਪੜ੍ਹਾ ਕੇ ਚੰਗਾ ਪੜ੍ਹਾ ਕੇ ਸਰਵਿਸ ਦਵਾਈ, ਕਿਉਂਕਿ ਇਸ ਕੰਮ ਦੇ ਵਿੱਚ ਨਹੀਂ ਹੈ ਖਰਚਾ, ਘਰ ਚਲਾਇਆ ਨਹੀਂ ਜਾ ਸਕਦਾ ਅਤੇ ਉਹ ਕੈਲੀਗ੍ਰਾਫੀ ਕਰਦਾ ਹੈ। ਉਹਦੇ ਕਾਫੀ ਪ੍ਰਸ਼ੰਸਕ ਨੇ, ਕਾਫੀ ਅਖਬਾਰਾਂ ਵਾਲਿਆਂ ਨੇ ਜਾਂ ਹੋਰ ਰਸਾਲੇ ਵਾਲਿਆਂ ਨੇ ਉਹਦਾ ਇੰਟਰਵਿਊ, ਦੂਰਦਰਸ਼ਨ ਜਾਂ ਹੋਰ ਵੀ ਕਾਫੀ ਚੈਨਲਾਂ ਨੇ ਉਹਨੂੰ ਸੱਦਿਆ ਅਤੇ ਟੈਲੀਕਾਸਟ ਕੀਤਾ ਹੈ। ਕੰਟੈਂਪਰੀ ਪੋਇਟ ਪੋਇਟਰੀ ਦਾ ਪ੍ਰਭਾਵ ਕਿੰਨਾ ਤੁਹਾਡੇ ਆਰਟ ਵਿੱਚ ਅਤੇ ਤੁਹਾਡੀ ਫੈਮਿਲੀ ਵਿੱਚ ਰਿਹਾ ਹੈ? ਪੋਇਟਰੀ ਜਿਹੜੀ ਹੈ, ਕਵਿਤਾ ਜਿਹੜੀ ਹੈ, ਗਜ਼ਲ ਜਿਹੜੀ ਹੈ, ਉਹ ਇੱਕ ਤਰ੍ਹਾਂ ਦਾ ਮਾਰਗਦਰਸ਼ਨ ਹੁੰਦਾ ਹਰ ਆਰਟਿਸਟ ਲਈ, ਖਾਸ ਤੌਰ 'ਤੇ ਜਿਹੜਾ ਪੇਂਟਿੰਗ ਕਰਦਾ ਹੈ। ਜੇ ਉਹ ਤੋਂ ਬਗੈਰ ਉਹ ਜੇ ਨਾ ਪੜ੍ਹੇਗਾ ਤਾਂ ਉਹਨੂੰ ਸੁੱਤਾ ਰਹਿੰਦਾ, ਉਹਨੂੰ ਕੁਝ ਨਵੀਂ ਸੁਰਤ ਨਹੀਂ ਆਉਂਦੀ। ਕਿਤਾਬਾਂ ਪੜ੍ਹ ਕੇ ਹੋਰ ਜ਼ਿਆਦਾ ਉਹ ਉਜਾਗਰ ਹੁੰਦਾ। ਮੈਂ ਆਪਣੀ ਗੱਲ ਨਹੀਂ ਕਰਦਾ ਜਾਂ ਬੇਟੇ ਦੀ, ਹਰ ਆਰਟਿਸਟ ਨੂੰ ਕਵੀਆਂ ਨਾਲ, ਲੇਖਕਾਂ ਨਾਲ ਤਾਲਮੇਲ ਜ਼ਰੂਰ ਹੋਣਾ ਚਾਹੀਦਾ ਹੈ, ਕਿਉਂਕਿ ਮੇਰਾ ਸ਼ੁਰੂ ਤੋਂ ਹੀ ਮੇਰਾ ਸੀਗਾ ਕਿ ਮੇਰੇ ਬੜੇ ਬੜੇ ਵੱਡੇ, ਜਦੋਂ ਮੈਂ ਦਾੜੀ ਵੀ ਨਹੀਂ ਸੀ ਆਈ ਤਾਂ ਮੇਰੇ ਸਾਰੇ ਯਾਰ ਸੀਗੇ ਚਿੱਟੀਆਂ ਦਾੜੀਆਂ ਵਾਲੇ ਸੀਗੇ, ਦਵਿੰਦਰ ਸਥਿਆਰਤੀ ਹੋਇਆ, ਗੁਰਬਖਸ਼ ਸਿੰਘ ਪ੍ਰੀਤਲੜੀ ਹੋਇਆ, ਨਾਨਕ ਸਿੰਘ ਹੋਏ ਅਤੇ ਐਸ ਐਸ ਸਮੋਲ ਹੋਏ, ਮਤਲਬ ਜਿੰਨੇ ਕਾਫੀ ਸੀਗੇ, ਐਸ ਐਸ ਮਿਸ਼ਾ ਹੋਏ, ਜਿੰਨੇ ਵੀ ਸੀਗੇ ਸਾਰੇ ਬਜ਼ੁਰਗ ਸੀ ਅਤੇ ਮੈਂ ਵਿੱਚ ਹੀ ਮੁੰਡਾ ਵੱਡਾ ਭੱਜਾ ਫਿਰਦਾ ਸੀ। ਥੈਂਕ ਯੂ ਵੈਰੀ ਮੱਚ ਦਿਨੇਸ਼ ਜੀ। ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਭਾਈ ਗਿਆਨ ਸਿੰਘ ਨਕਾਸ਼ੀ ਦੇ ਘਰ ਪੋਤੇ ਸੀਗੇ? ਹਾਂਜੀ। ਅਤੇ ਉਹਨਾਂ ਦਾ ਜਿਹੜੀ ਕੈਲੀਗ੍ਰਾਫੀ ਦਾ ਕੰਮ ਹੈਗਾ, ਤੁਸੀਂ ਅੱਜ ਫਿਰ ਉਸਨੂੰ ਅੱਗੇ ਲਾ ਰਹੇ ਹੋ, ਅਤੇ ਤੁਸੀਂ ਕਿਸ ਤਰ੍ਹਾਂ ਦੀ ਕੈਲੀਗ੍ਰਾਫੀ ਅੱਜ ਦੇ ਦੌਰ 'ਚ ਕਰ ਰਹੇ ਹੋ? ਮੈਂ ਜ਼ਿਆਦਾਤਰ ਜਿਹੜੀ ਆ ਗੁਰਬਾਣੀ ਦੀ ਕੈਲੀਗ੍ਰਾਫੀ ਕਰਦਾ, ਅਤੇ ਉਹ ਵੀ ਪੁਰਾਤਨ ਸਟਾਈਲ ਜਿਹੜਾ ਹੈਗਾ ਸੀ ਕਿ ਲੜੀਵਾਰ ਦੇ ਵਿੱਚ ਕਰਨੀ ਜਿਹੜੀ ਹੁੰਦੀ ਆ, ਪੁਰਾਤਨ ਸਟਾਈਲ ਦੇ ਜਿਹੜੇ ਅੱਖਰ ਆ, ਜਿਹੜੇ ਉਹ ਅੱਖਰਾਂ ਦੀ ਬਨਾਵਟ ਆ, ਉਸੇ ਹਿਸਾਬ ਨਾਲ ਮਤਲਬ ਮੈਂ ਕਰਨ ਦੀ ਕੋਸ਼ਿਸ਼ ਕਰਦਾ। ਅਤੇ ਇਹ ਸਾਰਾ ਜੋ ਪੁਰਾਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੈਗੇ ਨੇ ਉਹਨਾਂ ਦੇ ਵਿੱਚ ਵੀ ਲੜੀਵਾਰ ਹੀ ਸਾਰਾ ਕੀਤਾ ਹੋਇਆ, ਪੁਰਾਣੇ ਜਿਹੜੇ ਗੁਰਸਿੱਖ ਹੋਏ ਨੇ ਉਹਨਾਂ ਵੱਲੋਂ, ਅਤੇ ਪਰੰਪਰਾ ਪੁਰਾਣੀ ਚੱਲੀ ਆ ਰਹੀ ਹੈ। ਤੁਹਾਡੇ ਉੱਤੇ ਕੰਟੈਂਪਰੀ ਪੋਇਟਰੀ ਜਾਂ ਲਿਟਰੇਚਰ ਦਾ ਪ੍ਰਭਾਵ ਹੋਣ ਕਰਕੇ ਤੁਸੀਂ ਉਰਦੂ ਪੋਇਟਰੀ ਵੀ ਪੰਜਾਬੀ ਵਿੱਚ ਲਿਖ ਰਹੇ ਹੈਗੇ? ਹਾਂਜੀ, ਕਈ ਕੀਤੀਆਂ ਜੀ, ਉਰਦੂ ਦੀਆਂ ਵੀ ਕਈ ਜਿਹੜੀਆਂ ਸ਼ਾਹਮੁਖੀ ਦੀਆਂ ਪੰਜਾਬੀ ਦੇ ਵਿੱਚ ਵੀ ਕੀਤੀਆਂ ਮੈਂ, ਅਤੇ ਉਹ ਉਰਦੂ ਦੇ ਕਈ ਸ਼ਾਇਰ ਨੇ ਉਹਨਾਂ ਦੀਆਂ ਕਈ ਪੋਇਮਸ ਜਿਹੜੀਆਂ ਵਾ ਪੰਜਾਬੀ ਦੇ ਵਿੱਚ ਕੀਤੀਆਂ। ਇਸ ਕੈਲੀਗ੍ਰਾਫੀ ਨੂੰ ਕਿੰਨੇ ਸਾਲਾਂ ਤੋਂ ਤੁਸੀਂ ਕਰ ਰਹੇ ਹੋ? ਮੈਨੂੰ ਇਹ 12 ਕੁ ਸਾਲ ਹੋ ਗਏ ਇਸ ਕੈਲੀਗ੍ਰਾਫੀ ਕਰਦਿਆਂ, ਬਾਕੀ ਜੋ ਸਾਡਾ ਪਿਤਾ ਪੁਰਖੀ ਕੰਮ ਆ ਪੇਂਟਿੰਗਸ ਜਾਂ ਚਿੱਤਰਕਾਰੀ ਦਾ, ਉਹ ਵੀ ਮੈਂ ਨਾਲ ਨਾਲ ਕਰਦਾ ਵਾਂ, ਅਤੇ ਇਸ 'ਚ ਮੇਰਾ ਥੋੜ੍ਹਾ ਜ਼ਿਆਦਾ ਰੁਝਾਨ ਹੈ।
ਤੇ ਮੈਂ ਜਿਹੜੇ ਪਿਗਮੈਂਟਸ ਪੇਪਰ ਇਸ ਸਾਰੇ ਤੁਹਾਨੂੰ ਹੁਣ ਮਾਰਕੀਟ ਤੋਂ ਡਿਪੈਂਡੈਂਟ ਹੋ ਜਾਂ ਆਪ ਪੇਪਰ ਜਿਹੜਾ ਵਾ ਉਹ ਹੈਂਡਮੇਡ ਮੈਂ ਜ਼ਿਆਦਾ ਜੈਪੁਰ ਤੋਂ ਬਣਦਾ ਉੱਥੇ ਪਰਿਵਾਰ ਹੈਗੇ ਨੇ ਜਿਹੜੇ ਅੱਜ ਵੀ ਕਾਗਜ਼ ਬਣਾ ਰਹੇ ਨੇ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਉਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਬੀੜ ਜਿਹੜੀ ਤੋਂ ਉਹਨਾਂ ਨੇ ਬਣਵਾਉਣੀ ਸੀ ਤਾਂ ਉਦੋਂ ਉਹਨਾਂ ਨੇ ਕਾਗਜ਼ ਦਿੱਤਾ ਸੀ ਉਹ ਪਰਿਵਾਰ ਅਜੇ ਵੀ ਬੈਠੇ ਨੇ ਉੱਥੇ ਅਤੇ ਉਹਨਾਂ ਕੋਲੋਂ ਮੈਂ ਉੱਥੋਂ ਪੇਪਰ ਲੈਂਦਾ ਅਤੇ ਰੰਗ ਜਿਹੜੇ ਪਿਗਮੈਂਟ ਨੇ ਉਹ ਕਈ ਆਪ ਤਿਆਰ ਕਰੀਦੇ ਆ ਅਤੇ ਕਈ ਜਿਹੜੇ ਆ ਉਹ ਮਾਰਕੀਟ ਤੋਂ ਅਵੇਲੇਬਲ ਹੋ ਜਾਂਦੇ ਆ ਅੱਜ ਕੱਲ੍ਹ ਪਾਊਡਰ ਫੋਮ ਦੇ ਵਿੱਚ ਫਿਰ ਉਹਨਾਂ ਨੂੰ ਕਿੱਕਰ ਦੀ ਗੂੰਦ ਨਾਲ ਮਿਕਸ ਕਰਕੇ ਅਤੇ ਫਿਰ ਉਹ ਰੰਗ ਬਣਾਏ ਜਾਂਦੇ ਆ। ਤੁਸੀਂ ਇਸ ਕੰਮ ਨੂੰ ਨਈ ਜਨਰੇਸ਼ਨ ਤੇ ਪਹੁੰਚਾਉਣ ਲਈ ਕੀ ਸੋਚ ਰੱਖਦੇ ਹੋ? ਕਈ ਵਰਕਸ਼ਾਪਸ ਜਿਹੜੀਆਂ ਉਹ ਲਗਾਉਂਦਾ ਰਹਿੰਦਾ ਵਾ ਸਕੂਲਸ ਦੇ ਵਿੱਚ ਕਾਲਜਸ ਦੇ ਵਿੱਚ ਕਿ ਬੱਚਿਆਂ ਨੂੰ ਮਤਲਬ ਦੱਸਿਆ ਜਾਵੇ ਕਿ ਪੁਰਾਤਨ ਲਿਖਾਵਟ ਕਿਸ ਤਰ੍ਹਾਂ ਦੀ ਸੀ ਅਤੇ ਉਹਨਾਂ ਦਾ ਵੀ ਇਸ ਪਾਸੇ ਰੁਝਾਨ ਹੋਵੇ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।